मैं तो आप मानता के पता लगना चाहिए जनाब की भविखबाणी च किन्ना सच्चा ते किन्ना झूठा। राम 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 राम, केहो जी गल्लां करदे हो? पंडित सवेर चंद की भविखबाणी कदे झूठी नहीं पै सकती। ना जी इन्ना यकीन है अपने आप ते, फिर जाण लई साडे नाल गड्डी च क्यों नहीं बहिंदे? पैर जे क्यों मलदे फिरदे हो? पैर तो मैं ता मलदा फिरदा बई, कितने चार बंदियां मूहरे तुहानू उत्थे कच्चा ना होना पवे। तो कच्चा होण नूं बच्चा चोरी दा? इही तां छानबीन करनी है। ਹੁਣ ਛਾਣ ਬੂਰੇ ਵਾਲਾ ਬੁਲਾ ਲਈਏ ਜਾਂ ਜਵਾਕ ਨੂੰ ਜਾ ਕੇ ਡਾਇਰੈਕਟ ਪੁੱਛ ਲਈਏ ਵੀ ਭਾਈ ਸਾਹਿਬ ਪੰਡਿਤ ਜੀ ਦੀ ਉੱਚ ਵਿੱਦਿਆ ਅਨੁਸਾਰ ਤੁਹਾਡਾ ਜੰਮਣਾ ਤਾਂ ਬਣਦਾ ਨਹੀਂ ਸੀ, ਬਾਈ ਦੀ ਵੇ ਤੁਸੀਂ ਕਿਹੜਾ ਸ਼ਾਰਟਕਟ ਰਸਤਾ ਇਸਤੇਮਾਲ ਕੀਤਾ ਆਉਣ ਲਈ? ਨਾ 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 ਨਾ, ਮੈਨੂੰ ਲੱਗਦਾ ਵੀ ਐਡੇ ਕੁ ਜਵਾਕ ਤੋਂ ਬੋਲ ਕੇ ਨਹੀਂ ਦੱਸ ਹੋਣਾ, ਇਸ਼ਾਰੇ ਉਸ਼ੂਰੇ ਨਾਲ ਭਾਵੇਂ ਸਮਝਾ ਦੇਵੇ। ਚੁੱਪ ਜਾ ਤੂੰ, ਚੁੱਪ ਰਹਿਣ ਦੇ। ਮੈਂ ਚਲੇ ਵੀ ਜਾਣਾ ਸੀ ਜੇ ਪੰਡਿਤ ਜੀ ਦੀ ਹੁੰਦੀ ਲਾਹ ਪਨਾ ਦੇਖਣੀ ਹੁੰਦੀ ਮੈਂ। ਰਾਮ 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 ਰਾਮ, ਕਿਹੋ ਜਿਹੀਆਂ ਗੱਲਾਂ ਕਰਦੇ ਹੋ? ਗੱਲਾਂ ਤਾਂ ਤੁਹਾਡੀਆਂ ਚਵਲ ਨੇ ਜਿਨ੍ਹਾਂ ਤੇ ਮੈਂ ਯਕੀਨ ਕੀਤਾ। ਸੋਚਿਆ ਸੀ ਜਿਸ ਦਿਨ ਪੋਤਾ ਇਸ ਘਰ ਦੇ ਵਿੱਚ ਆਊਗਾ ਉਸ ਤੋਂ ਅਗਲੇ ਦਿਨ ਹੀ ਪਿੰਡ 'ਚ ਮੁਹੰਮਦ ਸਦੀਕ ਦਾ ਖਾੜਾ ਲਵਾਉਂਗਾ। ਹੁਣ ਨਹੀਂ ਸਦੀਕ ਸਾਹਿਬ ਖਾੜੇ ਖੂੜੇ ਲਾਉਂਦੇ, ਅਗਲੇ MP ਨੇ। ਤੂੰ ਇੱਕ ਵਾਰੀ ਸਾਈ ਹੱਥ ਕਿਤਾ ਫੜਾ ਕੇ ਦੇਖ, ਜੇ ਪਾਰਲੀਮੈਂਟ ਵੱਲੋਂ ਮੂੰਹ ਕਰਕੇ ਤਾਂ ਕਹਿ ਦੀ। ਜਿੰਨੇ ਮਰਜ਼ੀ ਖਾੜੇ ਲਵਾ ਲਓ ਤੇ ਜਿੰਨੇ ਮਰਜ਼ੀ ਖੁਸਰੇ ਨੂੰ ਚਲੋ, ਮੈਨੂੰ ਨਹੀਂ ਯਕੀਨ। ਸਰਦਾਰ ਜੀ ਕੁਛ ਤੋਂ ਗੜਬੜ ਹੈ। ਉਹ ਕੀ CID ਦੇ ਪ੍ਰਦੁਮਣ ਵਾਂਗੂ ਤੋਤੇ ਵਾਂਗੂ ਇੱਕੋ ਡਾਇਲਾਗ ਰੱਟਾ ਲਾਇਆ? ਦਿਆ ਕੁਛ ਤੋਂ ਗੜਬੜ ਹੈ, ਦਿਆ ਕੁਛ ਤੋਂ ਗੜਬੜ ਹੈ। ਉਹ ਅਗਲੇ ਨੇ 3.5 ਕਿਲੋ ਦਾ ਪੇਠੇ ਵਰਗਾ ਜਵਾਕ ਜੰਮ ਕੇ ਸਾਹਮਣੇ ਮਾਰਿਆ ਤੇ ਤੁਹਾਨੂੰ ਯਕੀਨ ਨਹੀਂ? ਬਿੱਟੂ ਬੇਟੇ, ਹਾਂਜੀ, ਪਹਿਲਾਂ ਨੂੰ ਯਕੀਨ ਹੀ ਦਵਾਉਣਾ। ਇੱਕ ਵਾਰੀ ਮੇਰਾ ਪੋਤੇ ਨਾਲ ਮੇਲ ਮਿਲਾਪ ਹੋ ਲੈਣ ਦੇ, ਫਿਰ ਦੇਖੀ ਇਹਦਾ ਪੱਤਰੀਆਂ ਵਾਲਾ ਬਿਜ਼ਨਸ ਮੈਂ ਕਿਵੇਂ ਬੰਦ ਕਰਾਂ। ਐਦਾਂ ਕਰੋ, ਪੰਡਿਤ ਜੀ ਨੂੰ ਬਾ ਇੱਜ਼ਤ ਧੱਕੇ ਨਾਲ ਚੱਕ ਕੇ ਗੱਡੀ 'ਚ ਸੁੱਟੋ। ਰਾਮ 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 ਰਾਮ, ਚਲੋ ਚਲੋ ਪੰਡਿਤ ਜੀ, ਕੱਪੜੇ ਜੁੱਠੇ ਹੋ ਜਾਣਗੇ, ਕਿਤੇ ਨਹੀਂ ਹੁੰਦੇ, ਕੱਪੜੇ ਹੱਥ ਨਹੀਂ ਲਾਉਣਾ। ਅੱਛਾ ਨਹੀਂ ਲਾਉਂਦਾ, ਕੋਈ ਨਾ ਹੋਰ ਲੈ ਦਾਂਗੇ। ਮੈਂ ਆਪੇ ਬੈਠੂ ਗੱਡੀ 'ਚ। ਬੈਠੋ, ਪ੍ਰੋਹਿਤ ਨਾਲ ਧੱਕਾ ਨਹੀਂ ਕਰੀਦਾ। ਬੈਠੋ ਰਾਮ ਨਾਲ, ਬਸ ਕੱਪੜੇ ਜੁੱਠੇ ਹੋ ਜਾਣਗੇ ਨਾਲੇ ਹੋਰ। ਕੀ ਕਰਦੇ ਹੋ? ਉਹ ਮਾਮਾ ਜੀ, ਤੁਸੀਂ ਹਲੇ ਵੀ ਡਰੀ ਜਾਂਦੇ ਹੋ? ਮੈਂ ਕਹਿ ਤਾਂ ਰਿਹਾ ਕੁਛ ਨਹੀਂ ਹੁੰਦਾ। ਜੇ ਕੁਛ ਹੋ ਗਿਆ ਫਿਰ? ਫਿਰ ਸਾਰੇ ਜਣੇ ਮਿਲ ਕੇ ਸਾਂਭ ਲਾਂਗੇ ਨਾ। ਤੁਸੀਂ ਬਸ ਖੜੇ ਹੋਵੋ ਤੇ ਆਪਣੇ ਜੀਜਾ ਜੀ ਦੇ ਆਉਣ ਦੀਆਂ ਤਿਆਰੀਆਂ ਕਰੋ। ਉਹ ਤਿਆਰੀਆਂ ਮੈਂ ਬਹਿ ਕੇ ਕਰ ਲੂੰ, ਤੈਨੂੰ ਤਾਂ ਪਤਾ ਮੇਰੇ ਤੋਂ ਬਾਲਾ ਚਿਰ ਖੜਿਆ ਨਹੀਂ ਜਾਂਦਾ। ਤਿਆਰੀਆਂ ਸਾਰੀਆਂ ਹੋ ਗਈਆਂ ਨੇ, ਖਾਣ ਪੀਣ ਦਾ ਸਮਾਨ ਵੀ ਰੈਡੀ ਹੈ ਤੇ ਘਰ ਦੀ ਸਫਾਈ ਵੀ ਹੋ ਗਈ ਹੈ। ਪੂਰੀ ਸਫਾਈ ਕਿੱਥੇ ਹੋਈ ਆ? ਕੂੜਾ ਤਾਂ ਹਲੇ ਇੱਥੇ ਪਿਆ। ਜੀਜਾ ਜੀ, ਅੱਜ ਕੋਈ ਮਖੌਲ ਨਹੀਂ, ਪਲੀਜ਼। ਆ ਤੂੰ ਨਾ ਐ ਪਲੀਜ਼ ਜਿਹਾ ਨਾ ਕਰਿਆ ਕਰ। ਤੈਨੂੰ ਲੱਗਦਾ ਤੂੰ ਬਹੁਤ ਕਿਊਟ ਲੱਗਦਾ, ਜ਼ਹਿਰ ਵਰਗਾ ਲੱਗਦਾ। ਤੁਹਾਨੂੰ ਹੋਰ ਕੋਈ ਗੱਲ ਨਹੀਂ ਆਉਂਦੀ? ਹੱਥ ਧੋ ਕੇ ਮੇਰੇ ਵੀਰ ਦੇ ਪਿੱਛੇ ਪੈ ਜਾਂਦੇ ਹੋ, ਫਾਲਤੂ ਸਮਝ ਰੱਖਿਆ ਤੁਸੀਂ। ਫਾਲਤੂ ਤੋਂ ਯਾਦ ਆਇਆ, ਜੀਜਾ ਜੀ ਅੱਗੇ ਫਿਲਮ ਦੀ ਕਹਾਣੀ ਲੈ ਕੇ ਨਾ ਬਹਿ ਜੀ, ਕਿਤੇ ਉਹਨਾਂ ਨੂੰ ਹੀਰੋ ਲਾਂਚ ਕਰਨ ਨੂੰ ਫਿਰਦਾ ਹੋਵੇ। ਓਏ ਆਪਣੀ ਫਿਲਮ ਦੇ ਹੀਰੋ ਨੂੰ ਵੀ ਲੈ ਆਓ। ਹਰਮਨ, ਤੂੰ ਜਾ ਕੇ ਵਕੀਲ ਸਾਹਿਬ ਦੇ ਘਰੋਂ ਅਗਮ ਨੂੰ ਲਿਆ, ਜਿਹੜਾ ਮੇਨ ਕੰਮ ਆ, ਫਿਰ ਐਵੇਂ ਬਾਅਦ ਚੋਂ ਭੱਜੇ ਫਿਰਾਂਗੇ। ਹੋਰ ਕੀ, ਜਾ ਬੇਟੇ ਜਾ ਕੇ ਲਿਆ, ਖੜੇ ਪੈਰ ਤਾਂ ਬੱਚਾ ਵੀ ਨਹੀਂ ਮਿਲਣਾ ਕੋਈ। ਹਾਂਜੀ, ਮੈਂ ਹੁਣੇ ਲੈ ਕੇ ਆਈ ਬਸ। ਕੋਈ ਗੱਲ ਨਹੀਂ, ਫਿਕਰ ਨਾ ਕਰੋ, ਸਭ ਠੀਕ ਹੋ ਜਾਣਾ। ਕਿਰਤ ਦੀਦੀ, ਕਿਰਤ ਦੀਦੀ ਘਰੇ ਹੀ ਹੋ? ਆਓ ਆਓ ਹਰਮਨ, ਅੰਦਰ ਆਓ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ। ਕਿਰਤ ਦੀਦੀ ਨੂੰ ਮਿਲਣਾ ਸੀ। ਮਿਲੋ ਜੀ, ਸਦਕੇ ਮਿਲੋ, ਪਰ 10 ਦਿਨ ਬਾਅਦ। ਕਿਉਂ? ਉਹ ਤਾਂ ਪਿੰਡ ਗਈ ਆ ਆਪਣੀ ਮਦਰ ਕੋਲ। ਦਰਅਸਲ ਉਹਦੀ ਮਦਰ ਦੀ ਨਾ ਤਬੀਅਤ ਖਰਾਬ ਸੀ। ਓ, ਤੇ ਅਗਮ? ਅਗਮ ਅਗਮ ਅੰਦਰ ਦਾੜੀ ਡਾਈ ਕਰ ਰਿਹਾ, ਮੈਂ ਵੀ ਉਸੇ ਕੋਲੋਂ ਕਰਾਈ ਹੈ। ਮਤਲਬ? ਅਫਕੋਰਸ ਹਰਮਨ, ਇੰਨਾ ਛੋਟਾ ਬੱਚਾ ਮਾਂ ਨਾਲ ਹੀ ਜਾਊਗਾ, ਮਾਂ ਬਿਨਾਂ ਕਿਵੇਂ ਸਰਦਾ ਛੋਟੇ ਬੱਚੇ ਦਾ।